ਹਾਂਜੀ ਸਟੂਡੈਂਟਸ, ਐਕਸਰਸਾਈਜ਼ 2.6 ਦਾ ਸਮ ਹੈਗਾ ਸਾਡਾ 6,798 ਬ੍ਰਿਕਸ ਆਰ ਲੋਡਡ ਇਨ ਅ ਟਰੈਕਟਰ ਇਨ ਐਨ ਆਵਰ। ਮਤਲਬ ਕਿ ਇੰਨੀਆਂ ਬ੍ਰਿਕਸ ਲੋਡ ਕਰੀਆਂ ਜਾਂਦੀਆਂ ਨੇ ਟਰੈਕਟਰ ਦੇ ਵਿੱਚ, ਟਰਾਲੀ ਦੇ ਵਿੱਚ, ਇਨ ਐਨ ਆਵਰ, ਇੱਕ ਘੰਟੇ ਵਿੱਚ। ਹਾਊ ਮੈਨੀ ਬ੍ਰਿਕਸ ਵਿਲ ਬੀ ਲੋਡਡ ਇਨ 13 ਆਵਰਸ, ਫਿਰ 13 ਘੰਟਿਆਂ ਵਿੱਚ ਕਿੰਨੀਆਂ ਬ੍ਰਿਕਸ ਲੋਡ ਕਰੀਆਂ ਜਾਣਗੀਆਂ। ਸਮ ਕਿਸ ਚੀਜ਼ ਦਾ ਹੈ ਸਾਡਾ, ਇਹ ਮਲਟੀਪਲਾਈ ਦਾ। ਠੀਕ ਹੈ, ਕਿਸ ਤਰ੍ਹਾਂ ਸੋਲਵ ਕਰਨਾ ਹੈ? ਅਸੀਂ ਲਿਖਾਂਗੇ ਨੰਬਰ ਆਫ ਬ੍ਰਿਕਸ ਆਰ ਲੋਡਡ ਇਨ ਅ ਟਰੈਕਟਰ ਇਨ ਐਨ ਆਵਰ। ਨੰਬਰ ਆਫ ਬ੍ਰਿਕਸ ਆਰ ਲੋਡਡ ਇਨ ਅ ਟਰੈਕਟਰ ਇਨ ਐਨ ਆਵਰ ਇਜ ਇਕੁਅਲ ਟੂ 6,798। ਨੰਬਰ ਆਫ ਬ੍ਰਿਕਸ ਵਿਲ ਬੀ ਲੋਡਡ ਇਨ 13 ਆਵਰਸ, ਫਿਰ ਇਹ ਵਾਲੇ ਨੰਬਰ ਨੂੰ ਅਸੀਂ 13 ਨਾਲ ਕੀ ਕਰਨਾ, ਮਲਟੀਪਲਾਈ। ਵਨਸ ਵਾਲੀ ਸਾਈਡ ਤੋਂ ਸਟਾਰਟ ਕਰਨਾ ਸਮ ਸੋਲਵ ਕਰਨਾ। 3 ਦਾ ਟੇਬਲ ਰੀਡ ਕਰਾਂਗੇ ਪਹਿਲਾਂ, 8 ਤੱਕ, 3 8 ਦਾ 24, 24 ਦਾ 4 ਲਗਾ ਕੇ 2 ਸਾਡੇ ਕੋਲ ਆ ਗਿਆ ਇੱਥੇ ਕੈਰੀ। ਠੀਕ ਹੈ, 3 9 ਦਾ 27, 27 2 ਪਲੱਸ ਕਰਾਂਗੇ 29 ਆ ਜਾਏਗਾ ਐਂਡ 2 ਸਾਡੇ ਕੋਲ ਆ ਜਾਏਗਾ ਕੈਰੀ। ਠੀਕ ਹੈ, 3 7 ਦਾ 21, 21 ਵਿੱਚ 2 ਪਲੱਸ ਕਰਾਂਗੇ 23 ਆ ਜਾਏਗਾ। 21 ਦੇ ਵਿੱਚ ਅਸੀਂ 2 ਪਲੱਸ ਕਰਾਂਗੇ 23 ਆ ਜਾਏਗਾ। 3 ਇੱਥੇ ਲਿਖ ਕੇ 2 ਸਾਡੇ ਕੋਲ ਆ ਗਿਆ ਕੈਰੀ। 3 6 ਦਾ 18 ਐਂਡ 2 20। ਠੀਕ ਹੈ ਬੱਚੇ, ਇੱਕ ਜਿਹੜਾ ਹੈਗਾ ਸਟੈਪ ਸਾਡਾ ਕੰਪਲੀਟ ਹੋ ਗਿਆ ਐਂਡ ਅਸੀਂ ਵਨਸ ਵਾਲੇ ਨੰਬਰ ਦੇ ਨੀਚੇ ਮਲਟੀਪਲਾਈ ਦਾ ਸਾਈਨ ਪਾਤਾ। ਹੁਣ ਅਸੀਂ ਨੈਕਸਟ ਨੰਬਰ ਦੇਖਾਂਗੇ, 1 ਨੂੰ 8 ਨਾਲ ਮਲਟੀਪਲਾਈ ਕਰਾਂਗੇ। ਠੀਕ ਹੈ, 1 ਨੂੰ ਕਿਸੇ ਵੀ ਨੰਬਰ ਨਾਲ ਅਸੀਂ ਮਲਟੀਪਲਾਈ ਕਰਦੇ ਹਾਂ, ਸੇਮ ਨੰਬਰ ਆ ਜਾਂਦਾ ਹੁੰਦਾ ਵਾ। ਵੱਡਾ ਨੰਬਰ ਜਿਹੜਾ ਹੁੰਦਾ ਵਾ 1 8 ਦਾ 8, 1 9 ਦਾ 9, 1 7 ਦਾ 7 ਐਂਡ 1 6 ਦਾ 6 ਆ ਗਿਆ। ਖੁੱਲ੍ਹੇ ਖੁੱਲ੍ਹੇ ਕਰਕੇ ਨੰਬਰ ਲਿਖਣਾ ਹੈ, ਜਿਹੜੇ ਨੰਬਰ ਬਿਲਕੁਲ ਇੱਕ ਦੂਸਰੇ ਦੇ ਨੀਚੇ ਆਉਣ। ਠੀਕ ਹੈ, ਅਰੇਂਜ ਕਰਕੇ ਲਿਖਣੇ ਨੇ। ਹੁਣ ਆ ਵਾਲੇ ਨੰਬਰ ਦਾ ਅਸੀਂ ਕੀ ਕਰਨਾ, ਐਡ 4 ਨੂੰ ਅਸੀਂ ਮਲਟੀਪਲਾਈ ਵਿੱਚ ਐਡ ਕਰਾਂਗੇ ਤਾਂ 4 ਆ ਜਾਏਗਾ। 9 ਐਂਡ 8 17, 17 ਦਾ 7 ਐਂਡ 1 ਜਿਹੜਾ ਕੈਰੀ। 3 ਐਂਡ 1 4, 4 ਦੇ ਵਿੱਚ 9 ਪਲੱਸ ਕਰਾਂਗੇ ਅਸੀਂ 13 ਆ ਗਿਆ, 13 ਦਾ 3 ਐਂਡ 1 ਸਾਡੇ ਕੋਲ ਆ ਗਿਆ ਕੈਰੀ। 0 ਵਿੱਚ 1 ਪਲੱਸ ਕਰਾਂਗੇ 1 1 ਐਂਡ 7 8, 2 ਐਂਡ 6 8। ਨੰਬਰ ਆਫ ਬ੍ਰਿਕਸ ਵਿਲ ਬੀ ਲੋਡਡ ਇਨ 13 ਆਵਰਸ ਇਜ਼ ਇਕੁਅਲ ਟੂ 88,374।